ਸਤਿ ਸ਼੍ਰੀ ਅਕਾਲ। ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ ਸੂਰੀ। ਸਾਥੀਓ, ਇਸ ਸਮੇਂ ਅਸੀਂ ਕਚਹਿਰੀਆਂ ਦੇ ਬਿਲਕੁਲ ਸਾਹਮਣੇ ਮੌਜੂਦ ਹਾਂ ਔਰ ਇੱਥੇ ਨਾਕਾ ਲੱਗਿਆ ਹੋਇਆ, ਸਟ੍ਰਿਕਟ ਨਾਕਾ ਲੱਗਾ ਹੋਇਆ, ਸਖ਼ਤ ਨਾਕਾ ਲੱਗਾ ਹੋਇਆ। ਲੇਕਿਨ ਥੋੜ੍ਹੀ ਦੇਰ ਪਹਿਲਾਂ ਇੱਥੇ ਘਟਨਾ ਹੁੰਦੀ ਹੈ। ਘਟਨਾ ਕੀ ਹੁੰਦੀ ਹੈ ਜੀ? ਪੁਲਿਸ ਮੁਲਾਜ਼ਮ ਜਿਹੜੇ ਇੱਕ ਸਕੋਰਪੀਓ ਗੱਡੀ ਨੂੰ ਹੱਥ ਦਿੰਦੇ ਆ, ਸਿਲਵਰ ਕਲਰ ਦੀ ਸਕੋਰਪੀਓ ਗੱਡੀ, HR ਨੰਬਰਿਆਂ ਨੂੰ ਹੱਥ ਦਿੰਦੇ ਆ, ਪਰ ਗੱਡੀ ਵਾਲਾ ਗੱਡੀ ਨਹੀਂ ਰੋਕਦਾ, ਨਾਕਾ ਤੋੜਦਾ ਔਰ ਬਰਨਾਲੇ ਵੱਲ ਨੂੰ ਜਿਹੜੀ ਆ ਗੱਡੀ ਬਹੁਤ ਤੇਜ਼ ਰਫ਼ਤਾਰ ਵਿੱਚ ਲੈ ਕੇ ਜਾਂਦਾ। ਲੋਕਾਂ ਵਿੱਚ ਹਾਹਾਕਾਰ ਮੱਚ ਜਾਂਦੀ ਕਿਉਂਕਿ ਪਿੱਛੇ ਜਿਹੜੀ ਹੈ ਪੁਲਿਸ ਦੀ ਗੱਡੀ ਵੀ ਮਗਰ ਜਾਂਦੀ ਹੈ। ਦੱਸਿਆ ਜਾ ਰਿਹਾ, ਜਿਹੜੀ ਸ਼ੁਰੂਆਤੀ ਜਾਣਕਾਰੀ ਅਸੀਂ ਇਕੱਤਰਿਤ ਕਰ ਪਾਏ ਹਾਂ ਕਿ ਪੁਲਿਸ ਦੀ ਇੱਕ ਜੀਪ ਗੱਡੀ ਤਾਂ ਮਗਰ ਜਾਂਦੀ ਹੈ, ਲੇਕਿਨ ਨਾਲ ਪੁਲਿਸ ਦੇ ਜਿਹੜੇ PCR ਵਾਲੇ ਮੋਟਰਸਾਈਕਲ ਉਹ ਵੀ ਮਗਰ ਲੱਗਦੇ ਆ। ਟਰੇਸ ਕੀਤਾ ਜਾਂਦਾ, ਚੇਸ ਕੀਤਾ ਜਾਂਦਾ ਅਤੇ ਨੌਜਵਾਨਾਂ ਨੂੰ ਫੜ ਲਿਆ। ਸ਼ੁਰੂਆਤੀ ਜਾਣਕਾਰੀ ਜਿਹੜੀ ਅਸੀਂ ਇਕੱਤਰਿਤ ਕਰ ਪਾਏ ਇਹੀ ਹੈ ਕਿ ਨੌਜਵਾਨ ਦਾ ਇਹ ਕਹਿਣਾ ਕਿ ਉਹ ਡਰ ਗਿਆ ਸੀ, ਲੇਕਿਨ ਇਹ ਕਿਹੋ ਜਿਹਾ ਡਰ ਹੈ? ਜਿੱਥੇ ਰੁਕ ਜਾਂਦਾ, ਜੇ ਉਹਦੀ ਗੱਡੀ ਵਿੱਚ ਕੋਈ ਅਣਸੁਖਾਵੀਂ ਚੀਜ਼ ਨਹੀਂ ਹੈ, ਜੇ ਉਹ ਸਿਟੀਜ਼ਨ ਹੈ, ਜ਼ਿੰਮੇਵਾਰ ਨਾਗਰਿਕ ਹੈ, ਤਾਂ ਰੁਕਣ ਵਿੱਚ ਕੀ ਹਰਜ਼ ਹੈ? ਪੁਲਿਸ ਸਾਡੀ ਬਿਹਤਰੀ ਦੇ ਲਈ ਹੈ, ਆਪਾਂ ਗੱਲ ਸਮਝੀਏ। ਸਿਰਫ ਮੇਰੀ ਬਿਹਤਰੀ ਨਹੀਂ, ਮੇਰੇ ਪਰਿਵਾਰ ਦੀ ਬਿਹਤਰੀ ਲਈ ਵੀ ਹੈ। ਜੇ ਅਗਰ ਪੁਲਿਸ ਕਿਸੇ ਸ਼ੱਕੀ ਵਿਅਕਤੀ ਨੂੰ ਰੋਕਦੀ ਹੈ ਤਾਂ ਇਸ ਕਰਕੇ ਰੋਕਿਆ ਜਾਂਦਾ ਕਿ ਤਾਂ ਜੋ ਸ਼ਹਿਰ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਸਿਰਫ ਮੇਰੇ ਨਾਲ ਨਹੀਂ, ਮੇਰੇ ਪਰਿਵਾਰ ਨਾਲ, ਮੇਰੇ ਰਿਸ਼ਤੇਦਾਰ ਨਾਲ, ਮੇਰੇ ਸ਼ਹਿਰ ਵਾਸੀਆਂ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਕੀ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਜੇਕਰ ਸਾਡੀ ਗੱਡੀ ਵਿੱਚ, ਵੈਸੇ ਮਾੜਾ ਅਨਸਰ ਤਾਂ ਬਣਨਾ ਹੀ ਨਹੀਂ ਚਾਹੀਦਾ, ਮਾੜੀ ਸੋਚ ਤਾਂ ਰੱਖਣੀ ਨਹੀਂ ਚਾਹੀਦੀ, ਪਰ ਕੀ ਮੇਰੀ ਜ਼ਿੰਮੇਵਾਰੀ ਨਹੀਂ ਬਣਦੀ? ਜੇਕਰ ਮੈਂ ਰਿਸਪੋਂਸੀਬਲ ਸਿਟੀਜ਼ਨ ਹਾਂ, ਮੈਨੂੰ ਕਿਸੇ ਨਾਕੇ ਤੋਂ ਰੋਕਿਆ ਜਾਂਦਾ ਤਾਂ ਮੈਂ ਰੋਕਾਂ, ਮੈਂ ਆਪਣੀ ਡਿਊਟੀ ਵੀ ਨਿਭਾਵਾਂ, ਆਪਣੀ ਜ਼ਿੰਮੇਵਾਰੀ ਵੀ ਨਿਭਾਵਾਂ। ਪੁਲਿਸ ਨੇ ਉਸ ਨੌਜਵਾਨ ਨੂੰ ਰੋਕ, ਜਿਵੇਂ ਹੁਣ ਤੁਸੀਂ ਦੇਖੋ ਇਹਨਾਂ ਨੇ ਹੱਥ ਦਿੱਤਾ ਸਕੂਟੀ ਸਵਾਰ ਨੂੰ ਕਿ ਰੁੱਕ ਜਾ, ਉਹ ਰੁੱਕ ਗਿਆ। ਲੇਕਿਨ ਇਸੇ ਤਰੀਕੇ ਗੱਡੀ ਜਿਹੜੀ ਆ ਸਕੋਰਪੀਓ ਨਹੀਂ ਰੁੱਕਦੀ। ਤਸਵੀਰਾਂ ਤੁਸੀਂ ਨਾਲ ਦੀ ਨਾਲ ਸਕੋਰਪੀ ਗੱਡੀ ਦਾ ਦੇਖ ਪਾ ਰਹੇ ਹਾਂ ਜਿਹੜੀ ਕਿ ਇਸ ਸਮੇਂ ਥਾਣੇ ਦੇ ਅੰਦਰ ਖੜ੍ਹੀ ਹੈ, ਔਰ ਫਿਰ ਪੁਲਿਸ ਚੇਸ ਕਰਕੇ ਜਿਹੜੇ ਆ ਇਹਨਾਂ ਜਿਹੜੇ ਸਕੋਰਪੀਓ ਸਵਾਰ ਨੌਜਵਾਨ ਤਿੰਨ ਜਾਣੇ ਦੱਸੇ ਜਾ ਰਹੇ ਉਹਨੂੰ ਰੋਕਦੇ ਆ। ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਨੇ ਆਪਣਾ ਕੀ ਪੱਖ ਰੱਖਿਆ ਸੀ, ਪੂਰੀ ਜਾਣਕਾਰੀ ਜਿਹੜੀ ਹੈ SHO ਮੈਡਮ ਨਰੇਸ਼ ਕੁਮਾਰੀ ਤੋਂ ਲੈਣੀ। ਹਾਂਜੀ, ਇੱਕ ਨਵੇਂ ਸਾਲ ਦੇ ਉਪਲਕਸ਼ ਦੇ ਵਿੱਚ ਨਾ ਅਸੀਂ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਟੀ ਨਵਾਂ ਸ਼ਹਿਰ ਦੇ ਵਿੱਚ ਅਲੱਗ ਅਲੱਗ ਜਗ੍ਹਾ ਨਾਕੇ ਲਗਾਏ ਹੋਏ ਨੇ ਅਤੇ ਆਲਮੋਸਟ ਜਿੰਨੇ ਵੀ ਭੀੜ ਭੜੱਕੇ ਵਾਲੇ ਚੌਂਕ ਨੇ ਤੁਸੀਂ ਆਉਂਦੇ ਹੋਏ ਦੇਖਿਆ ਹੋਣਾ, ਚੰਡੀਗੜ੍ਹ ਚੌਂਕ, ਨਹਿਰੂ ਗੇਟ, ਅੰਬੇਦਕਰ ਚੌਂਕ, ਪਲੱਸ ਇੱਕ ਚੈਰੀ ਚੌਂਕ ਹੋ ਗਿਆ, ਅਤੇ ਇੱਕ ਸਾਡੀਆਂ ਦੋ ਕੁ ਪੈਟਰੋਲਿੰਗ ਪਾਰਟੀਜ਼ ਜਿਹੜੀਆਂ ਇਸ ਜਿਹੜਾ ਵੱਡਾ ਦਿਨ ਆ ਰਿਹਾ ਉਹਦੇ ਮੱਦੇਨਜ਼ਰ ਜਿਹੜਾ ਨਾਕੇ 'ਤੇ ਸੀਗੀਆਂ, ਅਤੇ ਮੈਂ ਹੀ ਨਾਕੇ 'ਤੇ ਮੌਜੂਦ ਸੀ ਕਚਹਿਰੀ ਚੌਂਕ ਦੇ ਵਿੱਚ ਜਿੱਥੇ ਆਪਾਂ ਖੜ੍ਹੇ ਹਾਂ, ਅਤੇ ਇੱਕ ਸਕੋਰਪੀਓ ਆਈ ਸੀ, ਉਹਨੂੰ ਰੁਕਣ ਦਾ ਇਸ਼ਾਰਾ ਕੀਤਾ। ਸਾਡੀਆਂ ਤਿੰਨ ਸੈਕਸ਼ਨਸ ਦੇ ਵਿੱਚ ਪਾਰਟੀਆਂ ਖੜ੍ਹੀਆਂ ਸੀ, ਇੱਕ ਸਟੋਪ ਪਾਰਟੀ ਸੀ, ਇੱਕ ਚੈਕਿੰਗ ਪਾਰਟੀ ਸੀ ਅਤੇ ਇੱਕ ਕਵਰਿੰਗ ਪਾਰਟੀ ਸੀ, ਅਤੇ ਉਹ ਤਿੰਨਾਂ ਦੇ ਕੋਲ ਨਹੀਂ ਰੁਕਿਆ। ਜਦੋਂ ਐਂਡਲੇ ਪੁਆਇੰਟ ਦੇ ਵਿੱਚ ਆ ਕੇ ਉਹਨੇ ਬ੍ਰੇਕ ਜੀ ਮਾਰੀ ਔਰ ਤੇਜ਼ ਸਪੀਡ ਕਰਕੇ ਉਹ ਨਿਕਲ ਗਿਆ, ਅਤੇ ਫਿਰ ਅਸੀਂ ਆਪਣੀ ਸਰਕਾਰੀ ਗੱਡੀ ਦੇ ਵਿੱਚ ਸਮੇਤ ਪੁਲਿਸ ਪਾਰਟੀ ਅਸੀਂ ਚੇਸ ਕੀਤਾ ਉਹਨੂੰ, ਅਤੇ ਫਿਲਹਾਲ ਜਿਹੜਾ ਉਹ ਹਲੇ ਉਹਦੀ ਵੈਰੀਫਿਕੇਸ਼ਨ ਹੋ ਰਹੀ ਹੈ। ਜਿਹੜੀ ਮਤਲਬ ਬੇਸਿਕ ਜਿਹੜੀ ਪ੍ਰਾਈਮੇ ਫੇਸ਼ ਜਿਹੜੀ ਗੱਲ ਸਾਹਮਣੇ ਆਈ ਆ ਉਹ ਇਹੀ ਹੈ ਕਿ ਉਹ ਸ਼ਾਇਦ ਥੋੜ੍ਹਾ ਘਬਰਾ ਗਿਆ ਸੀ, 19-20 ਸਾਲ ਦਾ ਲੜਕਾ ਸੀ, 2-3 ਦਿਨ ਬਾਅਦ ਉਹਦੀ ਫਲਾਈਟ ਸੀਗੀ ਅਬਰੋਡ ਜਾਣਾ ਉਹਨੇ, ਅਤੇ ਮੇ ਬੀ ਉਹ ਇਸ ਚੱਕਰ ਦੇ ਵਿੱਚ ਘਬਰਾ ਗਿਆ। ਹਲੇ ਕੋਈ ਬਹੁਤਾ ਕੋਈ ਉੱਦਾਂ ਦੀ ਗੱਲ ਸਾਹਮਣੇ ਨਹੀਂ ਆਈ। ਮੈਡਮ, ਉਹਨਾਂ ਦਾ ਪੱਖ ਇਹੀ ਸਾਹਮਣੇ ਆ ਕਿ ਅਸੀਂ ਡਰ ਗਏ? ਹਾਂ, ਜਿਹੜੀ ਪਹਿਲੀ ਉਹਨਾਂ ਨੇ ਗੱਲ ਕਹੀ ਉਹ ਇਹੀ ਕਹੀ ਹੈ, ਬਟ ਮੈਂ ਜਿਹੜਾ ਰਿਕਾਰਡ ਪੜਤਾਲ ਕਰਵਾ ਰਹੀ ਹਾਂ ਉਹਨਾਂ ਦੇ ਐਂਟੀਸੀਡੈਂਟਸ ਜਿਹੜੇ ਚੈੱਕ ਕੀਤੇ ਜਾ ਰਹੇ ਨੇ ਤਾਂ ਕਿ ਜਿਹੜੀ ਅਸਲੀ ਵਜ੍ਹਾ ਹੈ ਉਹਨਾਂ ਦੇ ਭੱਜਣ ਦੀ ਉਹ ਪਤਾ ਲੱਗ ਸਕੇ। ਮੈਮ, ਜਿੱਦਾਂ ਰਾਹਗੀਰਾਂ ਤੋਂ ਪਤਾ ਲੱਗਿਆ, ਕਹਿੰਦੇ ਕਿ ਗੱਡੀ ਦੀ ਸਪੀਡ ਬਹੁਤ ਤੇਜ਼ ਸੀ ਔਰ ਉਸ ਤੋਂ ਬਾਅਦ ਜਦੋਂ ਇੱਥੋਂ ਭੱਜੇ ਆ ਉਹ ਨਾਕੇ ਤੋਂ ਭੱਜੇ ਆ ਤਾਂ ਅੱਗੇ 2-3 ਜਣਿਆਂ ਨੂੰ ਚਪੇਟ 'ਚ ਲੈ ਲੈਣਾ ਸੀ, ਗੱਡੀ ਇੰਨੀ ਰਫ਼ਤਾਰ 'ਚ ਸੀ। ਹਾਂਜੀ, ਓਬਵੀਅਸਲੀ ਜੇ ਨਾਕਾ ਤੋੜ ਕੇ ਭੱਜੇ ਆ ਤਾਂ ਸਪੀਡ ਓਵਰ ਸਪੀਡਿੰਗ ਤਾਂ ਸੀ, ਅਤੇ ਉਸ ਤਹਿਤ ਅਸੀਂ ਜਿਹੜਾ ਅਗਰ ਕੋਈ ਉੱਦਾਂ ਦੀ ਵੈਰੀਫਿਕੇਸ਼ਨ 'ਚ ਗੱਲ ਸਾਹਮਣੇ ਨਹੀਂ ਆਉਂਦੀ
ਤਾਂ ਉਹਨਾਂ ਦੀ ਓਵਰ ਸਪੀਡਿੰਗ ਦੇ ਬਿੱਲ ਦੇ ਤਹਿਤ ਤਾਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ। ਮੈਨੂੰ ਉਹਨਾਂ ਕੋਲ ਲਾਇਸੈਂਸ ਜਾਂ ਗੱਡੀ ਦੇ ਕਾਗਜ਼ ਸਾਰੇ ਪੂਰੇ ਹੋ ਗਏ? ਉਹੀ ਚੈੱਕ ਕਰ ਰਹੇ ਹਾਂ, ਉਹੀ ਵੈਰੀਫਿਕੇਸ਼ਨ ਹੋ ਰਹੀ ਹੈ, ਰਿਕਾਰਡ ਮੇਰਾ ਮਤਲਬ ਉਹੀ ਸੀ ਕਹਿਣ ਦਾ, ਚੈੱਕ ਕਰ ਰਹੇ ਹਾਂ। ਅਤੇ ਬਾਕੀ ਗੱਡੀ 'ਚ ਕਿੰਨੇ ਜਣੇ ਸਵਾਰ ਸੀ? 3 ਨੌਜਵਾਨ ਸਵਾਰ ਸੀ। ਠੀਕ ਹੈ ਜੀ। ਅਤੇ ਕੋਈ ਇਹਨਾਂ ਤੋਂ ਗੱਡੀ 'ਚ ਹੋਰ ਤਾਂ ਨਹੀਂ ਅਜਿਹੀ ਕੋਈ ਚੀਜ਼ ਮਿਲੀ ਜਿਹਦੇ ਵਿੱਚ? ਅਸੀਂ ਬਹੁਤ ਥੋਰਲੀ ਚੈੱਕ ਕੀਤੀ ਹੈ, ਉੱਦਾਂ ਦੀ ਕੋਈ ਚੀਜ਼ ਨਹੀਂ ਸੀ, ਬਟ ਦੌੜਨ ਦਾ ਕਾਰਨ ਕੀ ਸੀ ਉਹਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੈ, ਇਸ ਕਰਕੇ ਉਹ ਵੈਰੀਫਿਕੇਸ਼ਨ ਹੋ ਰਹੀ ਹੈ ਹਾਲੇ। ਮੈਮ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਨੌਜਵਾਨ ਉਹ ਓਵਰਸੀਜ਼ ਜਾ ਰਿਹਾ, ਤਾਂ ਫਿਰ ਉਹਨੂੰ ਰਿਅਲਾਈਜ਼ ਹੈ ਉਹਨੇ ਕੀ ਕੀਤਾ? ਬਿਲਕੁਲ ਜੀ, ਜਦੋਂ ਹੁਣ ਅਸੀਂ ਰੋਕਿਆ ਉਹਨੂੰ ਰਿਲਾਈਜ਼ ਕਰਵਾਉਣ ਲਈ ਰੋਕਿਆ, ਉਹਨੂੰ ਇਹ ਵਾਰਨਿੰਗ ਵੀ ਇਸ਼ੂ ਕਰਾਂਗੇ, ਅਗਰ ਕੋਈ ਉੱਦਾਂ ਦੀ ਗੱਲ ਸਾਹਮਣੇ ਨਹੀਂ ਆਉਂਦੀ, ਕੋਈ ਕ੍ਰਿਮੀਨਲ ਕੋਈ ਬੈਕਗ੍ਰਾਊਂਡ ਨਹੀਂ ਬਣਦੀ, ਤਾਂ ਅਸੀਂ ਜ਼ਰੂਰ ਉਹਨੂੰ ਅਹਿਸਾਸ ਕਰਾਵਾਂਗੇ ਕਿ ਜਿੱਥੇ ਉਹ ਜਾ ਰਿਹਾ ਨੇ ਉੱਥੇ ਤਾਂ ਹੋਰ ਵੀ ਸਟ੍ਰਿੰਜੈਂਟ ਲਾਜ਼ ਨੇ। ਅਤੇ ਡੈਫੀਨੇਟਲੀ ਮੈਮ, ਜਿੰਨੀ ਗੱਲ ਅਸੀਂ ਸਮਝ ਪਾਏ ਹਾਂ ਪਿਛਲੇ 3-4 ਸਾਲਾਂ ਤੋਂ, ਜੋ ਸਾਡਾ ਤਜ਼ਰਬਾ ਹੈ ਕਿ ਪੁਲਿਸ ਲੋਕਾਂ ਦੀ ਮਦਦ ਲਈ ਹੈ, ਜੇ ਹੁਣ ਇਹ ਨੌਜਵਾਨ ਹੈ, ਪੜ੍ਹਿਆ ਲਿਖਿਆ ਹੈ, ਪ੍ਰਦੇਸ਼ ਜਾਣਾ, ਤਾਂ ਗੱਡੀ ਰੋਕਣਾ ਕੋਈ ਮਾੜੀ ਗੱਲ ਤਾਂ ਨਹੀਂ? ਜੇ ਰੁਕ ਜਾਂਦੇ, ਚੈਕਿੰਗ ਕਰਾ ਲੈਂਦੇ, ਪੁਲਿਸ ਨਜਾਇਜ਼ ਤਾਂ ਨਹੀਂ ਕੁਛ ਕਰਦੀ? ਬਿਲਕੁਲ ਜੀ, ਮੇਰਾ ਪਹਿਲੀ ਜਿਹੜੀ ਮੇਰੀ ਕਨਵਰਸੇਸ਼ਨ ਹੋਈ ਹੈ ਉਹਦੇ ਨਾਲ ਇਹੀ ਸੀ ਕਿ ਅਗਰ ਤੂੰ ਕ੍ਰਿਮੀਨਲ ਸੀ ਫਿਰ ਤਾਂ ਤੇਰਾ ਭੱਜਣਾ ਮੈਂ ਸਮਝ ਸਕਦੀ ਹਾਂ, ਅਗਰ ਤੂੰ ਇਹ ਕਹਿ ਰਿਹਾ ਕਿ ਮੈਂ ਡਰ ਗਿਆ ਸੀ ਉਹ ਕੋਈ ਰੀਜ਼ਨ ਨਹੀਂ ਹੈ। ਬਾਕੀ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਗੱਲ ਕਹੀ ਹੈ ਕਿ ਅਸੀਂ ਵੱਖ ਵੱਖ ਜਗ੍ਹਾ 'ਤੇ ਚੌਂਕਾਂ ਦੇ ਵਿੱਚ ਨਾਕੇ ਲਗਾ ਕੇ ਖੜ੍ਹੇ ਹਾਂ, ਓਬਵੀਅਸਲੀ ਇੱਕ ਸੈਂਸ ਆਫ ਸਿਕਿਉਰਿਟੀ ਪਬਲਿਕ ਨੂੰ ਦੇਣ ਵਾਸਤੇ ਖੜ੍ਹੇ ਹਾਂ ਕਿ ਉਹ ਕੌਨਫੀਡੈਂਟਲੀ ਆਪਣਾ ਜੋ ਵੀ ਰੋਜ਼ਮਰਾ ਦੇ ਕੰਮ ਨੇ ਉਹ ਨਿਡਾਰ ਹੋ ਕੇ ਕਰਨ, ਕਿਉਂਕਿ ਅਸੀਂ ਉਹਨਾਂ ਦੀ ਸੇਵਾ 'ਚ ਖੜ੍ਹੇ ਹਾਂ। ਅਤੇ ਇਹ ਨਿਰੰਤਰ ਜਿਹੜਾ ਪਿਛਲੇ ਵੀਕ ਤੋਂ SSP ਸਾਹਿਬ ਔਰ DSP ਸਾਹਿਬ ਡਿਵੀਜ਼ਨ ਨਵਾਂ ਸ਼ਹਿਰ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਇਹ ਲਗਾਤਾਰ ਜਿਹੜੇ ਆ ਨੋਟ ਓਨਲੀ ਇਨ ਸਿਟੀ ਨਵਾਂ ਸ਼ਹਿਰ, ਇੰਟਾਇਰ ਡਿਸਟ੍ਰਿਕਟ ਦੇ ਵਿੱਚ ਇਹ ਸਾਡੇ ਜਿਹੜੇ ਨਾਕੇ ਚੱਲਦੇ ਆ ਰਹੇ ਨੇ। ਮੈਮ ਜਿਹੜੀ ਤੁਸੀਂ ਗੱਲ ਕਰਦੇ ਨੇ ਉਹ ਘਰ ਘਰ ਤੱਕ ਪਹੁੰਚਦੀ ਹੈ, ਚਾਹੇ ਸਾਡੇ ਮਾਧਿਅਮ ਚਾਹੇ ਕਿਸੇ ਹੋਰ ਮਾਧਿਅਮ ਥਰੂ, ਹੋਰ ਜਿਹੜੇ ਨੌਜਵਾਨ ਇੱਦਾਂ ਆ ਰਹੇ ਆ, ਉਭਰ ਰਹੇ ਆ ਜਾਂ ਨਵਾਂ ਡਰਾਈਵਿੰਗ ਲਾਇਸੈਂਸ ਹਾਸਲ ਕਰ ਰਹੇ ਆ, ਉਹਨਾਂ ਨੂੰ ਕੀ ਇੱਕ ਮਸ਼ਵਰਾ ਦੇਣਾ ਚਾਹੋਗੇ? ਮੇਰਾ ਜੀ ਇਹੀ ਸੁਜੈਸ਼ਨ ਹੈ, ਸਿਰਫ ਨੌਜਵਾਨ ਹੁਣ ਨਹੀਂ, ਹਰ ਇੱਕ ਵਰਗ ਦੇ ਲੋਕਾਂ ਨੂੰ ਇਹੀ ਮੇਰਾ ਸੰਦੇਸ਼ ਹੈ ਕਿ ਜਦੋਂ ਤੱਕ ਅਸੀਂ ਆਪਣੀਆਂ ਰਿਸਪੋਂਸੀਬਿਲਿਟੀਜ਼ ਫਿਲ ਨਹੀਂ ਨਾ ਕਰਦੇ ਉਦੋਂ ਤੱਕ ਅਸੀਂ ਜਿਹੜੇ ਰਾਈਟਸ ਹੈ ਉਹਨਾਂ ਦੀ ਨਹੀਂ ਕਰ ਸਕਦੇ, ਆਪਾਂ ਡਿਮਾਂਡ ਨਹੀਂ ਕਰ ਸਕਦੇ, ਕਿਉਂਕਿ ਜੇ ਮੈਂ ਆਪਣੇ ਅਹੁਦੇ 'ਤੇ ਖਰੇ ਨਾ ਉਤਰਾਂ ਮੇਰੇ ਕੰਮ ਠੀਕ ਨਹੀਂ ਹੋਣਗੇ, ਅਤੇ ਮੈਂ ਆਪਣੇ ਰਾਈਟਸ ਪਹਿਲਾਂ ਚਾਹਾਂ, ਡਿਊਟੀਜ਼ ਆਪਣੀਆਂ ਨਾ ਕਰਾਂ, ਤਾਂ ਮੈਨੂੰ ਨਹੀਂ ਲੱਗਦਾ ਉਹ ਇੱਕ ਬੈਲੈਂਸਡ ਜਿਹੜੀ ਹੈ, ਵੈਸੇ ਵੀ ਇੱਕ ਸਿਵਲਾਈਜ਼ਡ ਜਦੋਂ ਆਪਾਂ ਇੱਕ ਸਿਵਲ ਸੁਸਾਇਟੀ ਦੇ ਵਿੱਚ ਅਸੀਂ ਸਾਰੇ ਹੈਗੇ ਸਿਟੀਜ਼ਨਸ, ਅਤੇ ਆਪਾਂ ਨੂੰ ਰੂਲਸ ਜਿਹੜੇ ਬਣਾਏ ਗਏ ਉਹ ਸਾਡੇ ਹਿੱਤ ਵਾਸਤੇ ਬਣਾਏ ਗਏ ਨੇ, ਬਿਹਤਰੀ ਲਈ ਬਣਾਏ ਗਏ ਨੇ, ਆਪਾਂ ਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਕੋਈ ਵੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਜਿਹੜਾ ਮੁਲਾਜ਼ਮ ਹੈ, ਈਵਨ ਅਗਰ ਮੈਂ ਹੋਵਾਂ ਜਾਂ ਕੋਈ ਹੋਰ ਵੀ ਹੋਵੇ, ਜਿੱਥੇ ਵੀ ਉਹ ਡਿਊਟੀ ਕਰ ਰਿਹਾ ਉਹਦੀ ਸਿਰਫ ਔਰ ਸਿਰਫ ਇੱਕੋ ਹੀ ਚਾਹ ਆ, ਇੱਕੋ ਹੀ ਇੱਛਾ ਉਹਦੀ ਕਿ ਮੈਂ ਜਿੱਥੇ ਕਰ ਰਿਹਾ ਉੱਥੇ ਲਾਅ ਐਂਡ ਆਰਡਰ ਮੇਨਟੇਨ ਰਹੇ, ਮੇਰੇ ਜਿਹੜੇ ਸ਼ਹਿਰ ਦੇ ਬਸ਼ਿੰਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਬਸ਼ਰਤੇ ਉਹਨਾਂ ਦੀਆਂ ਜੋ ਰਿਸਪੋਂਸੀਬਿਲਟੀਜ਼ ਆ ਉਹ ਜ਼ਰੂਰ ਫਿਲ ਕਰਨ, ਤਾਂ ਕਿ ਜਿਹੜਾ ਅਸੀਂ ਇੱਕ ਅੱਛਾ ਮਾਹੌਲ ਜਿਹੜਾ ਇੱਕ ਸ਼ਹਿਰ ਨੂੰ ਦੇ ਪਾਈਏ। ਤਾਂ ਮੈਡਮ ਨਰੇਸ਼ ਕੁਮਾਰੀ ਉਹਨਾਂ ਦੀ ਗੱਲਬਾਤ ਤੋਂ ਤਾਂ ਸਾਨੂੰ ਇਹ ਸਮਝ ਲੱਗ ਰਿਹਾ ਕਿ ਐਵਰੀ ਗੁੱਡ ਸਿਟੀਜ਼ਨ ਐਡਸ ਟੂ ਸਟਰੈਂਥ ਆਫ ਨੇਸ਼ਨ, ਮਤਲਬ ਆਪਾਂ ਕੋਸ਼ਿਸ਼ ਕਰੀਏ ਕਿ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੀਏ ਤਾਂ ਜੋ ਸ਼ਹਿਰ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਕਦੇ ਨਾ ਵਾਪਰੇ, ਅਤੇ ਜਿਹੜੇ ਮਾੜੇ ਅਨਸਰ ਆ ਉਹਨਾਂ ਦੇ ਮਨ ਵਿੱਚ ਡਰ ਬਣਿਆ ਰਹੇ। ਦੇਖੋ ਜੀ, ਮੈਂ ਉਹ ਗੱਲ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਨੌਜਵਾਨ ਦੀ 2 ਦਿਨ ਬਾਅਦ ਫਲਾਈਟ ਹੈ, ਜੇਕਰ ਉਹ ਰੁਕ ਜਾਂਦਾ ਰੂਲ ਨੂੰ ਓਬੇ ਕਰਦਾ ਤਾਂ ਕੋਈ ਗੱਲ ਵੀ ਨਹੀਂ ਹੋਣੀ ਸੀਗੀ, ਕਿਉਂਕਿ ਆਪਾਂ ਦੇਖ ਹੀ ਰਹੇ ਹਾਂ ਪਿਛਲੇ 1.5 ਘੰਟੇ ਤੋਂ, ਜੇ ਕੋਈ ਆਪਣੀ ਡਿਊਟੀ ਨਿਭਾ ਰਿਹਾ, ਜੇ ਕੋਈ ਪ੍ਰਸ਼ਾਸਨ ਦਾ ਸਾਥ ਦੇ ਰਿਹਾ, ਉਹਨੂੰ ਨਜਾਇਜ਼ ਨਹੀਂ ਰੋਕਿਆ ਜਾ ਰਿਹਾ, ਕਿਸੇ ਨਾਲ ਵੀ ਮਾੜੀ ਗੱਲ ਨਹੀਂ ਹੁੰਦੀ, ਪਰ ਜੇ ਉਹ ਰੁਕ ਜਾਂਦਾ ਤਾਂ ਹੁਣ ਆਰਾਮ ਨਾਲ ਸ਼ੋਪਿੰਗ ਕਰਦਾ, ਆਪਣੇ ਪਰਿਵਾਰ ਨਾਲ ਘੁੰਮਦਾ। ਬਜ਼ੁਰਗ ਸਾਡੇ ਤੱਕ ਗੱਲ ਪਹੁੰਚੇ, ਸ਼ੁਰੂਆਤੀ ਜਾਣਕਾਰੀ ਪਹੁੰਚੀ ਆ ਕਿ 3 ਨੌਜਵਾਨ ਜਿਹੜੇ ਇਸ ਸਮੇਂ ਥਾਣੇ ਦੇ ਅੰਦਰ ਮੌਜੂਦ ਆ, ਉਹਨਾਂ ਦੀ ਫੈਮਿਲੀ ਨੂੰ ਬੁਲਾਇਆ ਜਾਵੇਗਾ, ਕਿੱਥੇ ਤਿਆਰੀਆਂ ਸੀਗੀਆਂ ਪ੍ਰਦੇਸ਼ ਜਾਣ ਦੀਆਂ, ਲਾਪਰਵਾਹੀ ਕਰਕੇ ਜਿਹੜਾ ਹੁਣ ਉਹਨਾਂ ਨੂੰ ਇਸ ਸਮੇਂ
ਭੁਗਤਣਾ ਪੈ ਰਿਹਾ ਤਾਂ ਇਸ ਕਰਕੇ ਜਦੋਂ ਵੀ ਕਿਤੇ ਨਾਕਾ ਲੱਗਿਆ ਹੁੰਦਾ ਅਗਰ ਤੁਹਾਨੂੰ ਪੁਲਿਸ ਵਾਲੇ ਹੱਥ ਦਿੰਦੇ ਆ ਰੋਕਣ ਲਈ ਕਿਹਾ ਜਾਂਦਾ ਤਾਂ ਤੁਸੀਂ ਜ਼ਰੂਰ ਜਿਹੜਾ ਰੂਲ ਆ ਉਹਨੂੰ ਓਬੇ ਕਰਿਆ ਕਰੋ। ਬਹੁਤ ਬਹੁਤ ਸ਼ੁਕਰੀਆ।